ਇਹ ਹੈ ਕਿ ਸਿੱਧੂ ਸਾਹਿਬ ਨੂੰ ਪਤਾ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਕਿਵੇਂ ਕੈਸ਼ ਕਰਨਾ। ਇਸ ਕਰਕੇ ਜੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਰੇਲਵੇ ਐਕਸੀਡੈਂਟ ਹੋਇਆ ਤਾਂ ਬੜਾ ਵੱਡਾ ਐਲਾਨ ਉਹਨਾਂ ਨੇ ਕਰ ਦਿੱਤਾ ਕਿ ਮੈਂ ਇਹ ਫੈਮਿਲੀਜ਼, ਇਹਨਾਂ ਦੇ ਬੱਚੇ, ਇਹਨਾਂ ਨੂੰ ਅਡੋਪਟ ਕਰ ਲਿਆ ਅਤੇ ਹੁਣ ਸਾਰੀ ਦੇਖ ਰੇਖ ਇਹਨਾਂ ਦੀ ਮੈਂ ਕਰਾਂ। ਸਮਾਂ ਨਿਕਲ ਗਿਆ, ਅੱਜ ਉਹ ਸਾਰੇ ਪਰਿਵਾਰ ਜਿਹੜੇ ਆ ਉਹ ਥਾਂ ਥਾਂ ਦੀਆਂ ਟੱਕਰਾਂ ਖਾ ਰਹੇ ਆ। ਸਿੱਧੂ ਸਾਹਿਬ ਨੇ ਉਹਨਾਂ ਦੀ ਬਾਤ ਦੁਬਾਰਾ ਨਹੀਂ ਪੁੱਛੀ। ਹੁਣੇ ਤੁਸੀਂ ਨਵੀਂ ਗੱਲ ਦੱਸ ਰਹੇ ਕਿ ਵਿਦਾਊਟ ਟੂਰਿਜ਼ਮ ਮਿਨਿਸਟਰ 2 ਸ਼ੇਰ ਅਡੋਪਟ ਕੀਤੇ ਸੀ ਅਤੇ ਅੱਜ ਤੱਕ ਉਹ ਡੀਗਦੇ ਆ, 8 ਲੱਖ ਤੋਂ ਵੱਧ ਉਹਨਾਂ ਦਾ ਬਿੱਲ ਬਣ ਗਿਆ ਅਤੇ ਸਿੱਧੂ ਸਾਹਿਬ ਦੇਣ ਨਹੀਂ ਆਏ। ਜੇ ਹਲਕਾ ਅਡੋਪਟ ਕੀਤਾ ਜਿੱਥੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਸੀ ਅਤੇ ਉਹ ਸ਼ਹਿਰ ਦੇ ਵਿੱਚੋਂ ਇਤਿਹਾਸਿਕ ਨਗਰੀ ਦੇ ਵਿੱਚੋਂ ਸਰਕਾਰ 15 ਕਰੋੜ ਕੱਢ ਕੇ ਅਤੇ ਪਟਿਆਲੇ ਉਹਨਾਂ ਦੇ ਜੱਦੀ ਸ਼ਹਿਰ ਭੇਜ ਰਹੀ ਹੈ, ਉਹ ਵੀ ਉੱਥੇ ਵੀ ਉਹ ਪੂਰਾ ਨਹੀਂ ਉਤਪਾਦ। ਇਸ ਕਰਕੇ ਸਿੱਧੂ ਸਾਹਿਬ ਕਿਤੇ ਤਾਂ ਨਿਭੋ, ਜੇ ਲੋਕਾਂ ਨਾਲ ਨਹੀਂ ਨਵੇਂ ਤਾਂ ਇਹ ਵਿਚਾਰੇ ਬੇਜ਼ਬਾਨੇ ਸ਼ੇਰ ਹੈ, ਇਹਨਾਂ ਨਾਲ ਤਾਂ ਨਿਭੋ, ਤੁਹਾਨੂੰ ਉਡੀਕਦੇ ਆ, ਜਾ ਕੇ ਉਹਨਾਂ ਦਾ ਬਿੱਲ ਦਿਓ।